ਸ੍ਰੀ ਭਗਵਤ ਮਾਨ ਜੀ ਬਹੁਤ 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 ਧੰਨਵਾਦ ਸਪੀਕਰ ਸਾਹਿਬ ਬਹੁਤ ਗੰਭੀਰ ਵਿਸ਼ੇ ਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਮੈਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਬੋਲੂੰਗਾ ਮੈਂ ਨੋਟਿਸ ਦਿੱਤਾ ਹੋਇਆ ਮੈਂ ਐਨ ਕੇ ਪ੍ਰੇਮਚੰਦਰ ਜੀ ਬੋਲ ਰਿਹਾ ਸੀ ਇਹ ਮੁੱਦਾ ਹੁਣ ਕੱਲੇ ਪੰਜਾਬ ਦਾ ਨਹੀਂ ਇਹ ਮੁੱਦਾ ਕੱਲੇ ਹਰਿਆਣੇ ਦਾ ਨਹੀਂ ਇਹ ਜਨ ਅੰਦੋਲਨ ਬਣ ਚੁੱਕਿਆ ਹੈ ਪਹਿਲਾਂ ਪਹਿਲਾਂ ਕਿਹਾ ਗਿਆ ਕਿ ਪੰਜਾਬ ਦਾ ਮੁੱਦਾ ਹੈ ਸਿਰ ਪੰਜਾਬ ਕਾ ਮਾਮਲਾ ਹੈ ਇਸ ਸੇ ਕਿਆ ਲੈਣਾ ਦੇਣਾ ਪੂਰੇ ਦੇਸ਼ ਕੋ ਕੋਈ ਦਿੱਕਤ ਨਹੀਂ ਹੈ ਸਪੀਕਰ ਸਾਹਿਬ ਗੁਰੂ ਤੇਗ ਬਹਾਦਰ ਦੇ ਵਾਰਸਾਂ ਨੂੰ ਦੇਸ਼দ্রোহੀ ਕਿਹਾ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਕੌਣ ਸੀ ਜਿੰਨਾਂ ਕੋਲੇ ਕਸ਼ਮੀਰੀ ਪੰਡਤ ਆਏ ਸੀ ਕਿ ਔਰੰਗਜ਼ੇਬ ਸਾਡਾ ਧਰਮ ਪਰਵਰਤਨ ਕਰਾਉਂਦਾ ਹੈ ਸਾਡਾ ਧਰਮ ਚੇਂਜ ਕਰਾ ਰਿਆ ਉਹ ਔਰੰਗਜ਼ੇਬ ਜਿਹੜਾ ਸਵਾ ਮਨ ਜਨੇਉ ਸਵਾ ਮਨ ਜਨੇਉ ਇੱਕ ਦਿਨ ਚ ਉਤਾਰ ਕੇ ਰੋਟੀ ਖਾਂਦਾ ਸੀ ਤਾਂ ਗੁਰੂ ਸਾਹਿਬ ਕੋਲੇ ਆਏ ਤਾਂ ਗੁਰੂ ਸਾਹਿਬ ਕਹਿੰਦੇ ਕਿਸੇ ਵੱਡੀ ਸ਼ਖਸੀਅਤ ਨੂੰ ਕੁਰਬਾਨੀ ਦੇਣ ਦੀ ਲੋੜ ਹੈ ਤਾਂ ਬਾਲਕ ਸੀ 8 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਉਹ ਕਹਿੰਦੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੈ ਫਿਰ ਜਾਓ ਚਾਂਦਨੀ ਚੌਂਕ ਦੇ ਵਿੱਚ ਸੀਸ ਲਹਾਇਆ ਸੀਸ ਮਤਲਬ ਗਰਦਨ ਉਤਾਰ ਦਿੱਤੀ ਗਈ ਤੇ ਸਰ ਚਾਂਦਨੀ ਚੌਂਕ 'ਚ ਕੁਝ ਪਟਕਾਏ ਹੋਏ ਕੁਝ ਰਸਤੇ ਤੋਂ ਪਟਕਾਏ ਹੋਏ ਜਾਂ ਰਸਤੇ ਦਿਖਾਏ ਹੋਏ ਕੁਝ ਮੁੰਡੇ ਆ ਗਏ ਉਦੋਂ ਚਾਂਦਨੀ ਚੌਂਕ 'ਚ ਲਾਲ ਕਿਲੇ 'ਚ ਉਹਨਾਂ ਤੇ ਪਰਚੇ ਦਰਜ ਹੋ ਰਹੇ ਨੇ ਹੱਦ ਹੈ ਸ਼ਰਮਨਾ ਦੀ ਚੀਜ਼ ਹੈ ਕੋਈ ਸਰ ਗੁਰੂ ਨਾਨਕ ਦੇਵ ਜੀ ਨੇ ਸਵਾ 500 ਸਾਲ ਪਹਿਲਾਂ ਸਵਾ 500 ਸਾਲ ਪਹਿਲਾਂ 20 ਰੁਪਈਆ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ ਉਥੋਂ ਲੰਗਰ ਸ਼ੁਰੂ ਹੋਇਆ ਸਰ ਚੂੜਕਾਨਾ ਚੂੜਕਾਨਾ ਮੰਡੀ ਹੈ ਸਰ ਨਨਕਾਣਾ ਸਾਹਿਬ ਤੋਂ 10 ਕਿਲੋਮੀਟਰ ਦੂਰ ਉੱਥੋਂ ਲੰਗਰ ਦੀ ਪ੍ਰਥਾ ਸ਼ੁਰੂ ਹੋਈ ਤੇ ਅੱਜ ਤੁਸੀਂ ਸਾਡੇ ਲੰਗਰ ਦੀ ਫੰਡਿੰਗ ਪੁੱਛ ਰਹੇ ਹੋ ਕਿ ਕਿੱਥੋਂ ਆ ਰਹੀ ਹੈ ਇਹ ਤਾਂ ਸਾਰੀ ਦੁਨੀਆ ਚੱਲਦੀ ਹੈ ਇਹ ਤਾਂ ਜਿੱਥੇ ਕਿਤੇ ਮਾਨਵਤਾ ਦੇ ਉੱਤੇ ਕਹਿਰ ਪੈ ਜਾਂਦਾ ਲੰਗਰ ਤਾਂ ਉੱਥੇ ਹੁੰਦਾ ਤੇ ਸਾਡੇ ਲੰਗਰ ਤੇ ਸਵਾਲ ਠਾਈ ਜਾਂਦੇ ਹੋ ਕਿਸਾਨ ਬੈਠਾ ਸਿੰਗੂ ਬਾਰਡਰ ਤੇ ਟਿਕਰੀ ਬਾਰਡਰ ਤੇ ਉਹਨੂੰ ਤੁਸੀਂ ਠੰਡ ਤੋਂ ਡਰਾਉਂਦੇ ਹੋ ਕਿ ਸ਼ਾਇਦ ਤੁੰਦ ਤੋਂ ਸ਼ਾਇਦ ਇਹ ਠੰਡ ਤੋਂ ਡਰ ਕੇ ਚਲਾ ਜਾਊਗਾ ਧਨੀ ਰਾਮ ਚਾਤਰਿਕ ਦੀ ਕਵਿਤਾ ਸਰ ਸੁਣ ਲਿਓ ਕਿ ਕੱਕਰੀ ਰਾਤ ਸਿਆਲ ਦੀ ਧਰਤੀ ਸੁੰਨ ਮਸਾਨ ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ ਖਲਕਤ ਸੁੱਤੀ ਅੰਦਰੀ ਨਿੱਗੀਆਂ ਬੁਕੜਾਂ ਤਾਣ ਜੇ ਮੂੰਹ ਕੱਢੀਏ ਬੁਕੜੋਂ ਪਾੜਾ ਆਵੇ ਖਾਨ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਕਰਦਾ ਭਗਤ ਜਨ ਖੂਹੇ ਉੱਤੇ ਇਸ਼ਨਾਨ ਜਾਂ ਕੋਈ ਕਿਸਮਤ ਦਾ ਬਲੀ ਜਾਗ ਰਿਹਾ ਕਿਸਾਨ ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ ਤੇ ਤੁਸੀਂ ਉਹਨੂੰ ਉਹਨੂੰ ਠੰਡ ਤੋਂ ਡਰਾਉਨੇ ਹੋ ਜਿਹਦੇ ਹੱਥ ਪੈਰ ਨੀਲੇ ਹੁੰਦੇ ਨੇ ਠੰਡ ਦੇ ਵਿੱਚ ਤੁਸੀਂ ਕਮਲ ਕੇ ਫੁੱਲ ਵਾਰੇ ਕੀਲ ਠੋਕ ਰਹੇ ਆਂ ਔਰ ਪੀਲ ਥੋਕਨੇ ਵਾਲੇ ਫੁੱਲ ਉਗਾ ਰਹੇ ਹਨ ਹੱਦ ਹੈ ਯਾਰ ਹੱਦ ਹੈ ਸ੍ਰੀ ਭਗਵਤ ਮਾਨ ਜੀ ਬਹੁਤ 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 ਧੰਨਵਾਦ ਸਪੀਕਰ ਸਾਹਿਬ ਬਹੁਤ ਗੰਭੀਰ ਵਿਸ਼ੇ ਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਮੈਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਬੋਲੂਗਾ ਮੈਂ ਨੋਟਿਸ ਦਿੱਤਾ ਹੋਇਆ ਮੈਂ ਅਨਕੇ ਪ੍ਰੇਮਚੰਦਰ ਜੀ ਬੋਲ ਰਹੇ ਸੀ ਇਹ ਮੁੱਦਾ ਹੁਣ ਕੱਲੇ ਪੰਜਾਬ ਦਾ ਨਹੀਂ ਇਹ ਮੁੱਦਾ ਕੱਲੇ ਹਰਿਆਣੇ ਦਾ ਨਹੀਂ ਇਹ ਜਨ ਅੰਦੋਲਨ ਬਣ ਚੁੱਕਿਆ ਹੈ ਪਹਿਲਾਂ ਪਹਿਲਾਂ ਕਿਹਾ ਗਿਆ ਕਿ ਪੰਜਾਬ ਦਾ ਮੁੱਦਾ ਹੈ ਸਿਰ ਪੰਜਾਬ ਕਾ ਮਾਮਲਾ ਹੈ ਇਸ ਸੇ ਕਿਆ ਲੈਣਾ ਦੇਣਾ ਪੂਰੇ ਦੇਸ਼ ਕੋ ਕੋਈ ਦਿੱਕਤ ਨਹੀਂ ਹੈ ਸਪੀਕਰ ਸਾਹਿਬ ਗੁਰੂ ਤੇਗ ਬਹਾਦਰ ਦੇ ਵਾਰਸਾਂ ਨੂੰ ਦੇਸ਼ਦ੍ਰੋਹੀ ਕਿਹਾ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਕੌਣ ਸੀ ਜਿਨ੍ਹਾਂ ਕੋਲੇ ਕਸ਼ਮੀਰੀ ਪੰਡਤ ਆਏ ਸੀ ਕਿ ਔਰੰਗਜ਼ੇਬ ਸਾਡਾ ਧਰਮ ਪਰਵਰਤਨ ਕਰਾਉਂਦਾ ਸਾਡਾ ਧਰਮ ਚੇਂਜ ਕਰਾ ਰਿਹਾ ਉਹ ਔਰੰਗਜ਼ੇਬ ਜਿਹੜਾ ਸਵਾ ਮਨ ਜਨੇਉ ਸਵਾ ਮਨ ਜਨੇਉ ਇੱਕ ਦਿਨ ਚ ਉਤਾਰ ਕੇ ਰੋਟੀ ਖਾਂਦਾ ਸੀ ਤਾਂ ਗੁਰੂ ਸਾਹਿਬ ਕੋਲੇ ਆਏ ਤਾ ਗੁਰੂ ਸਾਹਿਬ ਕਹਿੰਦੇ ਕਿਸੇ ਵੱਡੀ ਸ਼ਖਸੀਅਤ ਨੂੰ ਕੁਰਬਾਨੀ ਦੇਣ ਦੀ ਲੋੜ ਹੈ ਤਾਂ ਬਾਲਕ ਸੀ 8 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਉਹ ਕਹਿੰਦੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੈ ਫਿਰ ਜਾਓ ਚਾਂਦਨੀ ਚੌਂਕ ਦੇ ਵਿੱਚ ਸੀਸ ਲਹਾਇਆ ਸੀਸ ਮਤਲਬ ਗਰਦਨ ਉਤਾਰ ਦਿੱਤੀ ਗਈ ਤੇ ਸਰ ਚਾਂਦਨੀ ਚੌਂਕ 'ਚ ਕੁਝ ਪਟਕਾਏ ਹੋਏ ਕੁਝ ਰਸਤੇ ਤੋਂ ਪਟਕਾਏ ਹੋਏ ਜਾਂ ਰਸਤੇ ਦਿਖਾਏ ਹੋਏ ਕੁਝ ਮੁੰਡੇ ਆ ਗਏ ਉਦੋਂ ਚਾਂਦਨੀ ਚੌਂਕ 'ਚ ਲਾਲ ਕਿਲੇ 'ਚ ਉਹਨਾਂ ਤੇ ਪਰਚੇ ਦਰਜ ਹੋ ਰਹੇ ਨੇ ਹੱਦ ਹੈ ਸ਼ਰਮਨਾ ਦੀ ਚੀਜ਼ ਹੈ ਕੋਈ ਸਰ ਗੁਰੂ ਨਾਨਕ ਦੇਵ ਜੀ ਨੇ ਸਵਾ 500 ਸਾਲ ਪਹਿਲਾਂ ਸਵਾ 500 ਸਾਲ ਪਹਿਲਾਂ 20 ਰੁਪਈਆ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ ਉਥੋਂ ਲੰਗਰ ਸ਼ੁਰੂ ਹੋਇਆ ਸਰ ਚੂੜ ਕਾਨਾ ਚੂੜ ਕਾਨਾ ਮੰਡੀ ਐ ਸਰ ਨਨਕਾਣਾ ਸਾਹਿਬ ਤੋਂ 10 ਕਿਲੋਮੀਟਰ ਦੂਰ ਉਥੋਂ ਲੰਗਰ ਦੀ ਪ੍ਰਥਾ ਸ਼ੁਰੂ ਹੋਈ ਤੇ ਅੱਜ ਤੁਸੀਂ ਸਾਡੇ ਲੰਗਰ ਦੀ ਫੰਡਿੰਗ ਪੁੱਛ ਰਹੇ ਹੋ ਕਿ ਕਿੱਥੋਂ ਆ ਰਹੀ ਐ ਇਹ ਤਾਂ ਸਾਰੀ ਦੁਨੀਆ ਚਲਦੀ ਐ ਇਹ ਤਾਂ ਜਿੱਥੇ ਕਿਤੇ ਮਾਨਵਤਾ ਦੇ ਉੱਤੇ ਕਹਿਰ ਪੈ ਜਾਂਦਾ ਲੰਗਰ ਤਾਂ ਉੱਥੇ ਹੁੰਦਾ ਤੇ ਸਾਡੇ ਲੰਗਰ ਤੇ ਸਵਾਲ ਠਾਈ ਜਾਂਦੇ ਹੋ ਕਿਸਾਨ ਬੈਠਾ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਉਹਨੂੰ ਤੁਸੀਂ ਠੰਡ ਤੋਂ ਡਰਾਉਨਿਓ ਕਿ ਸ਼ਾਇਦ ਧੁੰਦ ਤੋਂ ਸ਼ਾਇਦ ਇਹ ਠੰਡ ਤੋਂ ਡਰ ਕੇ ਚਲਾ ਜਾਊਗਾ ਧਨੀ ਰਾਮ ਚਾਤਰਿਕ ਦੀ ਕਵਿਤਾ ਐ ਸਰ ਸੁਣ ਲਿਓ ਕਿ ਕੱਕਰੀ ਰਾਤ ਸਿਆਲ ਦੀ ਧਰਤੀ ਸੁੰਨ ਮਸਾਨ ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ ਖਲਕਤ ਸੁੱਤੀ ਅੰਦਰੀ ਨਿੱਗੀਆਂ ਬੁਕੜਾਂ ਤਾਣ ਜੇ ਮੂਹ ਕੱਢੀਏ ਬੁੱਕੜੋਂ ਪਾਲਾ ਆਵੇ ਖਾਨ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾ ਕੋਈ ਕਰਦਾ ਭਗਤ ਜਨ ਖੂਹੇ ਉੱਤੇ ਇਸ਼ਨਾਨ ਜਾ ਕੋਈ ਕਿਸਮਤ ਦਾ ਬਲੀ ਜਾਗ ਰਿਹਾ ਕਿਸਾਨ ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ ਤੇ ਤੁਸੀਂ ਉਹਨੂੰ ਉਹਨੂੰ ਠੰਡ ਤੋਂ ਡਰਾਉਨੇ ਹੋ ਜਿਹਦੇ ਹੱਥ ਪੈਰ ਨੀਲੇ ਹੁੰਦੇ ਨੇ ਖੰਡ ਦੇ ਵਿੱਚ ਤੁਸੀਂ ਕਮਲ ਕੇ ਫੁੱਲਾਰੇकील ਠੋਕ ਰਹੇ ਹੈਂ ਔਰ ਕੀਲ ਠੋਕਨੇ ਵਾਲੇ ਫੁੱਲ ਉਗਾ ਰਹੇ ਹੈਂ ਹੱਦ ਹੈ ਯਾਰ ਹੱਦ ਹੈ